ਫਗਵਾੜਾ ਦੇ ਸਿਟੀ ਥਾਣੇ ਦੇ ਅੰਦਰ ਇੱਕ ਵਿਆਹੀ ਹੋਈ ਕੁੜੀ ਦੁਆਰਾ ਨਸ਼ਾ ਪੀਣ ਦੇ ਮਾਮਲੇ ਵਿੱਚ SP ਫਗਵਾੜਾ ਨੇ 3 ਪੁਲਿਸ ਮੁਲਾਜ਼ਮ ਨੂੰ ਸਸਪੈਂਡ ਕਰ ਦਿੱਤਾ ਹੈ। ਇਸ ਮਾਮਲੇ ਦੀ ਪੁਸ਼ਟੀ ਕਰਦੇ ਹੋਏ SP ਫਗਵਾੜਾ ਨੇ ਦੱਸਿਆ ਕਿ ਕੁਝ ਸਮਾਂ ਪਹਿਲਾਂ ਫਗਵਾੜਾ ਦੀ ਸਿਟੀ ਥਾਣੇ ਦੀ ਇੱਕ ਵੀਡੀਓ ਵਾਇਰਲ ਹੋਈ ਸੀ ਜਿਸ ਵਿੱਚ ਕੁੜੀ ਨਸ਼ੇ ਦਾ ਸੇਵਨ ਕਰਦੀ ਹੋਈ ਨਜ਼ਰ ਆ ਰਹੀ ਸੀ। ਇਸ ਮਾਮਲੇ ਦੀ ਜਾਂਚ ਤੋਂ ਕਾਰਵਾਈ ਕਰਦੇ ਹੋਏ ASI ਬਲਬੀਰ ਸਿੰਘ, ਹੈੱਡ ਕਾਂਸਟੇਬਲ ਹਰਦੀਪ ਸਿੰਘ ਅਤੇ ਲੇਡੀ ਕਾਂਸਟੇਬਲ ਕੁਲਦੀਪ ਕੌਰ ਨੂੰ ਸਸਪੈਂਡ ਕਰ ਦਿੱਤਾ ਗਿਆ। ਉਹਨਾਂ ਨੇ ਦੱਸਿਆ ਕਿ ਇਹ ਕੁੜੀ ਨੂੰ ਪੁਲਿਸ ਨੇ ਉਸ ਸਮੇਂ 3 ਗ੍ਰਾਮ ਹੈਰੋਇਨ ਦੇ ਨਾਲ ਗ੍ਰਿਫਤਾਰ ਕੀਤਾ ਸੀ। ਇਸ ਸੰਬੰਧ ਵਿੱਚ ਅੱਜ ਫਗਵਾੜਾ ਸਿਟੀ ਥਾਣਾ ਦੇ SHO ਜਤਿੰਦਰਜੀਤ ਸਿੰਘ ਨੇ ਗੱਲਬਾਤ ਕਰਦੇ ਦੱਸਿਆ, ਪੁਲਿਸ ਥਾਣੇ ਦੇ ਵਿੱਚ ਕੋਈ ਲੜਕੀ ਨਸ਼ਾ ਕਰਦੀ, ਕੀ ਮਾਮਲਾ ਹੈ? ਜਿਹੜੀ ਇੱਕ ਵੀਡੀਓ ਵਾਇਰਲ ਹੋਈ ਆ, ਉਹ ਤਸਦੀਕ ਕਰਨ 'ਤੇ ਪਤਾ ਚੱਲਿਆ ਕਿ FIR ਨੰਬਰ 65 ਥਾਣਾ ਸਿਟੀ ਫਗਵਾੜਾ ਦੇ ਸੰਬੰਧ ਵਿੱਚ ਇੱਥੇ ਇੱਕ ਲੇਡੀ ਸੰਦੀਪ ਕੌਰ ਨਾਂ ਦੀ ਲੇਡੀ ਜਿਹੜੀ ਹੈ ਉਹ ਕਸਟਡੀ 'ਚ ਸੀ। ਉਹਦੇ 'ਚ ASI ਬਲਬੀਰ ਸਿੰਘ, ਹੌਲਦਾਰ ਹਰਦੀਪ ਸਿੰਘ ਅਤੇ ਕੁਲਦੀਪ ਕੌਰ ਲੇਡੀ ਕਸਟਡ, ਇਹਨਾਂ ਦੀ ਜ਼ਿੰਮੇਵਾਰੀ ਬਣਦੀ ਸੀ, ਜਿਨ੍ਹਾਂ ਨੇ ਉਹਦੇ ਖਿਲਾਫ਼ ਮੁਕੱਦਮਾ ਦਰਜ ਕੀਤਾ ਸੀ। ਉਹਨਾਂ ਦੀ ਕਸਟਡੀ ਦੇ ਵਿੱਚ ਉਹਨੂੰ ਸ਼ਾਇਦ ਕੁਛ ਪੀਂਦੀ ਦਿਸ ਰਹੀ ਹੈ, ਤੋ ਉਹਦੀ ਇੱਕ ਵੈਰੀਫਾਈ ਕਰ ਰਹੇ ਹਾਂ ਕਿ ਉਹ ਹੋਇਆ ਕੀ ਹੈ। ਜਿਨ੍ਹਾਂ ਮੁਲਾਜ਼ਮਾਂ 'ਤੇ ਦੀ ਜ਼ਿੰਮੇਵਾਰੀ ਬਣਦੀ ਸੀ, ਜਿਨ੍ਹਾਂ ਦੀ ਕਸਟਡੀ 'ਚ ਸੀਗੀ, ਉਹਨਾਂ ਨੂੰ ਇਮੀਡੀਏਟ ਪ੍ਰਭਾਵ ਨਾਲ ਸਸਪੈਂਡ ਕਰ ਦਿੱਤਾ ਗਿਆ। ਉਹ ਨਸ਼ਾ ਕਿੱਥੋਂ ਆਇਆ, ਇਹ ਵੀਡੀਓ ਕਿਹਨੇ ਬਣਾਈ ਜਾਂ ਕਿਹਨੇ ਅੱਗੇ ਵਾਇਰਲ ਕੀਤੀ, ਇਹਦੀ ਜਾਂਚ ਚੱਲ ਰਹੀ ਹੈ। ਇਹਦੀ ਜਾਂਚ ਮੁਕੰਮਲ ਹੋਣ 'ਤੇ ਅਗਲੀ ਜਿਹੜੀ ਵੀ ਮਹਿਕਮੇ ਦੀ ਕਾਰਵਾਈ ਹੋਊਗੀ ਉਹ ਅਸੀਂ ਸਟ੍ਰਿਕਟ ਐਕਸ਼ਨ ਲਵਾਂਗੇ। ਇੱਕ ਥਾਣੇ ਦੇ ਵਿੱਚ ਜਾਂ ਪੁਲਿਸ ਕਸਟਡੀ ਦੇ ਵਿੱਚ ਇੱਕ ਲੇਡੀਜ਼ ਹੈ ਔਰ ਉੱਥੇ ਨਸ਼ਾ ਮਤਲਬ ਜਿਹੜਾ ਪੀ ਰਹੀ ਹੈ, ਨਸ਼ਾ ਕਰ ਰਹੀ ਹੈ, ਕਿਆ ਪੁਲਿਸ ਕੀ ਮਤਲਬ ਪੁਲਿਸ ਨੇ ਕੀ ਕਰ ਚੀਜ਼? ਤਾਂ ਉਹ ਬੰਦੇ ਜਿਹੜੇ ਜਿਨ੍ਹਾਂ ਦੀ ਜ਼ਿੰਮੇਵਾਰੀ ਬਣਦੀ ਸੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ, ਇਸੇ ਗੱਲ 'ਚ ਹੀ ਉਹਨਾਂ ਨੂੰ ਸਸਪੈਂਡ ਕੀਤਾ ਗਿਆ। ਅੱਗੇ ਅਸੀਂ ਇਸ ਗੱਲ ਦੀ ਜਾਂਚ ਕਰ ਰਹੇ ਹਾਂ ਕਿ ਥਾਣੇ ਦੇ ਵਿੱਚ ਵੀਡੀਓ ਕਿਹਨੇ ਬਣਾਈ, ਉਹਨੂੰ ਨਸ਼ਾ ਕਿਹਨੇ ਦਿੱਤਾ, ਉਹ ਸਾਰੀ ਜਾਂਚ ਹੋਣ ਤੋਂ ਬਾਅਦ ਸਟ੍ਰਿਕਟ ਐਕਸ਼ਨ ਜਿਹੜਾ ਲਿਆ ਜਾਏਗਾ। ਉਹਦਾ ਮਸਲਾ ਕੀ ਸੀ? ਉਹਦਾ ਮੁਕੱਦਮਾ ਦਰਜ ਖਿਲਾਫ਼ ਉਸ ਤੋਂ 3 ਗ੍ਰਾਮ ਹੈਰੋਇਨ ਬਰਾਮਦ ਹੋਈ ਸੀ ਔਰ ਕਿੰਨੀ ਤਰੀਕ ਦਾ ਮੁਕੱਦਮਾ? 30/3 ਆਪਣੇ 18 ਔਰ NDPS ਦਾ 21/85 ਦਾ ਮੁਕੱਦਮਾ ਦਰਜ ਕੀਤਾ ਗਿਆ ਸੀ। ਕਿਹੜੇ ਪੁਲਿਸ ਸਟੇਸ਼ਨ ਦੇ ਵਿੱਚ? ਸਿਟੀ ਫਗਵਾੜਾ 'ਚ ਦਰਜ ਕੀਤਾ। ਹੁਣ ਉਹ ਸਰ ਲੜਕੀ ਕਿੱਥੇ ਹੈ? ਜ਼ਮਾਨ 'ਤੇ ਬੇਲ ਆਊਟ ਹੈ, ਲੜਕੀ ਬੇਲ ਆਊਟ। ਅਤੇ ਅਗਰ ਜਿਹੜੇ ਪੁਲਿਸ ਮੁਲਾਜ਼ਮ ਮੌਜੂਦ ਜਿਨ੍ਹਾਂ ਦੇ ਸਾਹਮਣੇ ਜਿਹੜਾ ਰਕਤ ਲਿੱਤਾ ਉਹਨੇ, ਅਗਰ ਉਹ ਦੋਸ਼ੀ ਪਾਏਗੇ ਤਾਂ ਉਹਨਾਂ 'ਤੇ ਕਾਰਵਾਈ, ਅਗਲੀ ਕਾਰਵਾਈ ਕੀ ਹੋਊਗੀ? ਫਿਲਹਾਲ ਮੈਂ ਤੁਹਾਨੂੰ ਦੱਸਿਆ ਕਿ ਉਹਨਾਂ ਨੂੰ ਅਸੀਂ ਇਮੀਡੀਏਟ ਪ੍ਰਭਾਵ ਤੋਂ ਸਸਪੈਂਡ ਕਰ ਦਿੱਤਾ। ਦੋਸ਼ੀ ਪਾਏ ਗਏ ਫਿਰ? ਅਗਲੀ ਜਾਂਚ ਚੱਲ ਰਹੀ ਹੈ, ਉਹ ਜਾਂਚ ਮੁਕੰਮਲ ਹੋਣ ਤੋਂ ਬਾਅਦ ਜੋ ਮਹਿਕਮਾ ਨਾਲ ਕਾਨੂੰਨੀ ਕਾਰਵਾਈ ਹੋਏਗੀ ਉਹ ਅਮਲ 'ਚ ਲਿਆਂਦੀ ਜਾਏਗੀ। ਫਗਵਾੜਾ ਤੋਂ ਜਸਵਿੰਦਰ ਸਿੰਘ ਜੱਸੀ ਦੀ ਰਿਪੋਰਟ, ਪੰਜਾਬ TV।